ਅੱਜ ਜਿਹੜਾ ਹੈ ਇੱਕ ਕਰਾਇਆ ਜਿਹੜਾ ਹੈ ਵਸੀਤ ਦਾ ਹੈ ਕਿ ਗੁਰੂ ਘਰ ਦੇ ਵਿੱਚ ਜਿਹੜੀ ਅਸੀਂ ਪ੍ਰਾਪਤੀਆਂ ਨੇ ਵਸੀਤ ਹੈ ਅਸੀਂ ਉਸਨੂੰ ਔਨਲਾਈਨ ਕਰਨ ਦੇ ਵਾਸਤੇ ਕਿਰਾਏ ਕਰ ਰਹੇ ਹਾਂ। ਬਾਹਰ ਵੀਰ ਜੀ ਬੈਠੇ ਹੋਏ ਨੇ ਕੰਪਿਊਟਰ ਅਤੇ ਪ੍ਰਿੰਟਰ ਲੈ ਕੇ ਅਤੇ ਅੱਜ ਵੀ ਜਿਨ੍ਹਾਂ ਨੇ ਵੀ ਵੀਰਾਂ ਨੇ ਡੋਨੇਸ਼ਨ ਅੱਜ ਦਿੱਤੇ ਨੇ ਉਹਨਾਂ ਦੀ ਉਹ ਰਸੀਦ ਜਿਹੜੀ ਹੈ ਔਨਲਾਈਨ ਕੱਟ ਕੇ ਦੇ ਰਹੇ ਨੇ। ਅਗਰ ਇਹ ਸਰਕਾਰ ਦਾ ਇੱਕ ਕੰਪਨੀ ਅੱਛਾ ਹੋਇਆ ਤਾਂ ਅਸੀਂ ਇਸਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਰਸੀਦ ਹੈ ਇਹ ਔਨਲਾਈਨ ਹੀ ਕਰਾਂਗੇ। ਅੱਜ ਵੀ ਕਰਾਇਆ ਹੋਇਆ ਹੈ ਕਿ 16 ਤਰੀਕ ਸੰਗਰਾਮ ਵਾਲੇ ਦਿਨ ਵੀ ਇਹ ਅਸੀਂ ਕਰਾਇਆ ਕਰਾਂਗੇ ਅਤੇ ਇਸ ਕਰਾਇਆ ਦੇ ਬੇਸ 'ਤੇ ਅੱਗੇ ਅਸੀਂ ਇਹ ਸਾਰਾ ਜਿਹੜਾ ਸਰਕਾਰ ਸਿਸਟਮ ਹੈ ਅਸੀਂ ਔਨਲਾਈਨ ਕਰਨਾ ਚਾਹਾਂਗੇ। ਅਤੇ ਮੈਂ ਇਹ ਸੰਗਤਾਂ ਦੇ ਵਾਸਤੇ ਇਨਫੋਰਮੇਸ਼ਨ ਹੈ ਕਿ ਮੈਂ myGurudwara.com 'ਤੇ ਸਾਡੇ ਵੀ ਸਰਦਾਰ ਮਨਜੀਤ ਸਿੰਘ ਜੀ ਸਰਦਾਰ ਮਨਜੀਤ ਸਿੰਘ ਜੀ ਅਤੇ ਸਾਡੇ ਆਏ ਹੋਏ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਸਾਰੀ ਸਾਰਥਨੀ ਦੇ ਸਮੇਂ ਦੀ ਬੇਨਤੀ ਹੈ ਕਿ ਇਹ ਜਿਹੜੇ ਨੇ ਇਸ ਪ੍ਰੋਗਰਾਮ ਦੀ ਜਿਹੜੀ ਸਾਰੀ ਜਾਣਕਾਰੀ ਹੈ ਸੰਗਤਾਂ ਨੂੰ ਦੇਣ ਦੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਥੱਲੇ ਅਸੀਂ ਛੋਟਾ ਜਿਹਾ ਸਾਲ ਵੀ ਇਹਨਾਂ ਦੇ ਦੇਖ ਲਵਾਂਗੇ ਤਾਂ ਕਿ ਸੰਗਤ ਨੂੰ ਇਸ ਪ੍ਰੋਗਰਾਮ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਏ ਕਿ ਕਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੀ ਓਪਰੇਟ ਕਰਨਾ ਹੈ ਕਿਸ ਤਰ੍ਹਾਂ ਇਸਦੇ ਜਿਹੜੇ ਅੱਛੀਆਂ ਚੀਜ਼ਾਂ ਨੇ ਉਸਨੂੰ ਅਪਣਾਉਣਾ ਹੈ ਕਿਸ ਤਰ੍ਹਾਂ ਅਸੀਂ ਔਨਲਾਈਨ ਪੈਸਾ ਜਿਹੜਾ ਹੈ ਟ੍ਰਾਂਸਫਰ ਕਰਨਾ ਹੈ ਕਿਸ ਤਰ੍ਹਾਂ ਬੁਕਿੰਗ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਉਸ ਸਟਾਫ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਦੱਸੀਆਂ ਜਾਣਗੀਆਂ ਅਤੇ ਅਗਲੇ ਪ੍ਰੋਗਰਾਮਾਂ ਵਿੱਚ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਬੇਸਮੈਂਟ ਦੇ ਪ੍ਰੋਜੈਕਟਰ ਲੱਗਿਆ ਹੈ ਉਸ ਪ੍ਰੋਜੈਕਟਰ ਦੇ ਰਾਹੀਂ ਸਾਰੀ ਸਾਧ ਸੰਗਤ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਦੇ ਨਾਲ ਸਾਰੀਆਂ ਸੰਗਤਾਂ ਦੇ ਕੋਲ ਹੱਥ ਤੋੜ ਕੇ ਹੋਈਆਂ ਪ੍ਰੋਗਰਾਮ ਹੋਈਆਂ ਨੇ ਮੌਕੇ 'ਤੇ ਜਾ ਸਕਦਾ ਹੈ ਗੁਰੂ ਘਰ ਦਾ ਬੇਸਮੈਂਟ ਦੇ ਵਿੱਚ ਪਿਆ ਹੈ ਸਾਰੀਆਂ ਸੰਗਤਾਂ ਦੇ ਚਰਨ ਬੇਨਤੀ ਹੈ ਕਿ ਲੰਗਰ ਛੱਕੇ ਵਾਂਗ ਵਿੱਚ ਪਹੁੰਚ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ।